ਟੋਲੀ ਵਾਲੀ ਕਾਰ 'ਚ ਹੀ ਚੱਲ ਪਈਆਂ ਗੋਲੀਆਂ, ਮੌਕੇ 'ਤੇ ਪੈ ਗਿਆ ਚੀਕ ਚਿਹਾੜਾ। ਦੱਸ ਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਟੋਲੀ ਵਾਲੀ ਕਾਰ ਦੇ ਵਿੱਚ ਗੋਲੀਆਂ ਚੱਲ ਪਈਆਂ ਨੇ, ਜਿਸ ਦੇ ਵਿੱਚ ਇੱਕ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਡੋਲੀ ਵਾਲੀ ਕਾਰ ਦੇ ਡਰਾਈਵਰ ਤੇ ਬਰਾਤੀਆਂ ਨੇ ਹੀ ਗੋਲੀਆਂ ਚਲਾ ਦਿੱਤੀਆਂ ਨੇ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸਦੇ ਕਿ ਇਹਨਾਂ ਵੱਲੋਂ ਦੋ ਦਿਨ ਪਹਿਲਾਂ ਕਾਰ ਬੁੱਕ ਕੀਤੀ ਜਾਂਦੀ ਹੈ, ਫਿਰ ਵਿਆਹ ਵਾਲੇ ਦਿਨ ਕਾਰ ਚਾਲਕ ਗੱਡੀ ਨੂੰ ਸਜਾ ਕੇ ਲਿਆਉਂਦਾ, ਜਿਸ ਤੋਂ ਬਾਅਦ ਬਰਾਤੀਆਂ ਵੱਲੋਂ ਕਾਰ ਦੇ ਵਿੱਚ ਬੈਠ ਕੇ ਉਸ ਡਰਾਈਵਰ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਦੇ ਵਿੱਚ ਡਰਾਈਵਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ। ਤੇ ਦੱਸ ਦਈਏ ਕਿ ਮਾਮਲਾ ਮੋਗਾ ਦੇ ਬਾਘਾ ਪੁਰਾਣਾ ਦਾ, ਜਿੱਥੇ ਗੋਲੀਆਂ ਚੱਲੀਆਂ ਨੇ, ਸ਼ਰੇਆਮ ਗੋਲੀਆਂ ਚੱਲੀਆਂ ਨੇ, ਡੋਲੀ ਵਾਲੀ ਕਾਰ ਦੇ ਵਿੱਚ ਗੋਲੀਆਂ ਚੱਲ ਪੈਂਦੀਆਂ, ਜਿਸ ਦੇ ਵਿੱਚ ਇੱਕ ਕਾਰ ਚਾਲਕ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦਾ। ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇਹਨਾਂ ਵੱਲੋਂ ਕਾਰ ਬੁੱਕ ਕੀਤੀ ਜਾਂਦੀ ਹੈ, ਫਿਰ ਇਸ ਕਾਰ ਚਾਲਕ ਦੇ ਵਿਆਹ ਵਾਲੇ ਦਿਨ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪਰ ਫਿਲਹਾਲ ਇਹਨਾਂ ਬਾਰੇ ਹਾਲੇ ਤੱਕ ਕੁਝ ਪਤਾ ਨਹੀਂ ਲੱਗਿਆ ਕਿ ਕੌਣ ਸੀ ਜਾਂ ਕਿਸਨੇ ਬੁਕਿੰਗ ਕਰਾਈ ਸੀ, ਇਸ ਸੰਬੰਧੀ ਪੁਲਿਸ ਜਾਂਚ ਕਰ ਰਹੀ ਹੈ। ਇਹਨਾਂ ਦਾ ਆਪਾਂ ਨੂੰ ਫੋਨ ਆਇਆ ਜੀ, ਆਪਾਂ ਤਾਂ ਡੈਥ ਤੇ ਗਏ ਹੋਏ ਸੀ ਕਿਤੇ, ਤੇ ਕਹਿੰਦੇ ਵੀ ਮੇਰੇ ਗੋਲੀ ਲੱਗ ਗਈ, ਮੇਰਾ ਜਲਦੀ ਆ ਜਾਓ, ਕਹਿੰਦੇ ਸਿੰਘਾਂ ਵਾਲੇ ਕੋਲੇ ਵੀਰੇ ਲਈ। ਬਸ ਉਦੋਂ ਅਸੀਂ ਚਲੇ ਗਏ ਹਾਂ ਤੇ ਵਾਪਸ ਸਾਨੂੰ ਰਸਤੇ 'ਚ ਪਾਵਰ ਗ੍ਰਿਡ ਕੋਲ ਮਿਲ ਗਏ ਸੀ, ਉਹਦੇ ਨਾਲ ਹੀ ਵਾਪਸ ਆ ਗਏ ਸੀ। ਕਿਹਦਾ ਫੋਨ ਆਇਆ ਸੀ ਤੁਹਾਨੂੰ? ਨਵਦੀਪ ਸਿੰਘ ਦਾ ਜੀ। ਇਹ ਕੀ ਰੱਖਦੇ ਤੁਹਾਡੇ? ਆਪਣੇ ਫਰੈਂਡ ਹੀ ਹੈ ਜੀ। ਇਹ ਕਿੱਥੇ ਜਾ ਰਹੇ ਸੀ? ਇਹ ਬਰਾਤ ਸੀਗੀ ਇਹਨਾਂ ਕੋਲੇ। ਹਾਂਜੀ ਹਾਂਜੀ। ਇਹ ਗੱਡੀ ਦੇ ਡਰਾਈਵਰ ਹੈ? ਇਹ ਆਪਣੀ ਗੱਡੀ ਨਹੀਂ, ਆਪਣੀ ਹੈ। ਹਾਂਜੀ ਹਾਂਜੀ, ਸਟੈਂਡ ਤੇ ਚਲਾਉਂਦੇ ਆ। ਨਵਦੀਪ ਸਿੰਘ ਜੀ ਡਰਾਈਵਰ ਸਾਨੂੰ, ਮਨਜੀਤ ਸਿੰਘ ਪੁਰਾਣਾ ਮੋਗਾ ਦਾ ਰਹਿਣ ਵਾਲਾ, ਉਹਦੀ ਗੱਡੀ ਦੋ ਤਿੰਨ ਦਿਨ ਪਹਿਲਾਂ ਬੁੱਕ ਕਿਸੇ ਨੇ ਨਾਮ ਨੂੰ ਵੇਖਦੇ ਨੇ ਕਰਾਈ ਸੀ ਵੀ ਆਪਾਂ ਬਰਾਤ ਜਾਣਾ, ਅੱਜ ਉਹ ਗੱਡੀ ਸਜਾਵਟ ਕਰਾ ਕੇ ਉਹਨਾਂ ਨਾਲ ਬਹਿ ਕੇ ਚੱਲ ਪਿਆ ਸੀ ਵੀ ਆਪਾਂ ਸਿੰਘਾਂ ਵਾਲੇ ਤੋਂ ਅੱਗੇ ਬਾਘਾ ਪੁਰਾਣਾ ਸਾਈਡ ਬਰਾਤ ਜਾਣਾ। ਜਦ ਉਹਦੇ ਨਾਲ ਉੱਥੋਂ ਤੱਕ ਬੈਠੇ ਗਏ, ਪਿੱਛੇ ਬੈਠੇ ਸੀ, ਉਹਨਾਂ ਨੇ ਜਾ ਕੇ ਸਿੰਘਾਂ ਵਾਲੇ ਕੋਲ ਉਹਦੇ ਫਾਇਰ ਮਾਰਿਆ ਜੀ। ਕਿੰਨੀਆਂ ਗੋਲੀਆਂ ਮਾਰੀਆਂ? ਇਹ ਨਹੀਂ ਅਜੇ ਮੈਂ ਕਹਿ ਸਕਦਾ। ਇਹ ਕਾਰਨ ਕੀ? ਪਹਿਲਾਂ ਬੁੱਕ ਕਰਾਈ ਸੀ ਗੱਡੀ? ਹਾਂ, ਪਹਿਲਾਂ ਬੁੱਕ ਕਰਾਈ ਸੀ। ਇਹਨਾਂ ਨੇ ਗੋਲੀ ਮਾਰੀ ਹੈ? ਇਹਨਾਂ ਨੇ ਮਾਰੀ। ਕਿੰਨੇ ਜਾਣੇ ਸੀਗੇ ਗੱਡੀ? ਦੋ ਜਾਣੇ ਜੀ। ਦੋ ਜਾਣੇ ਅਤੇ ਬਰਾਤ ਕਿੱਥੇ ਜਾਣੀ ਸੀ? ਬਰਾਤ ਜੀ ਉਹਨੇ ਕੁਛ ਨਹੀਂ ਦੱਸਿਆ ਜੀ। ਅਤੇ ਪਤਾ ਲੱਗਾ ਕਿ ਗੱਡੀ ਕਿਹਨੇ ਬੁੱਕ ਕਰਾਈ ਸੀ? ਉਹ ਨਹੀਂ ਹਜੇ ਨਹੀਂ ਪਤਾ ਜੀ, ਉਹ ਕਰ ਲਾਂਗੇ ਟਰੇਸ। ਜਿਹੜੇ ਬੈਠੇ ਸੀ ਵਿੱਚ ਉਹ ਕੌਣ ਸੀਗੇ ਜਿਨ੍ਹਾਂ ਨੇ ਗੋਲੀਆਂ ਮਾਰੀਆਂ? ਜਿਨ੍ਹਾਂ ਨੇ ਗੱਡੀ ਬੁੱਕ ਕਰਾਈ ਸੀ ਉਹਦੇ ਨਾਲ ਹੀ ਗਏ ਜੀ, ਹੁਣ ਦੱਸਣ ਮੁਤਾਬਕ ਉਹਦੇ ਇਹੀ ਹੈ ਜੀ। ਬਾਕੀ ਤਫਤੀਸ਼ ਦੌਰਾਨ ਪਤਾ ਲੱਗਦਾ ਵੀ ਕੀ ਹੈ ਕੀ ਨਹੀਂ। ਕਿੰਨੀਆਂ ਗੋਲੀਆਂ ਲੱਗੀਆਂ? ਫਿਲਹਾਲ ਤਾਂ ਕੁਛ ਨਹੀਂ ਕਿਹਾ ਜਾ ਸਕਦਾ, ਇੱਕ ਹੈ ਕਿ ਦੋ ਹੈ ਜੀ। ਸਰ ਹਾਲਤ ਕਿੱਦਾਂ? ਹਾਲਤ ਸੀਰੀਅਸ ਹੈ। ਰੈਫਰ ਕੀਤਾ ਗਿਆ? ਰੈਫਰ ਕੀਤਾ ਗਿਆ ਡਾਕਟਰ ਸਾਹਿਬ ਨੇ ਜੀ, ਇੱਥੇ ਅਸੀਂ ਕੋਲ ਸੀ ਸਰ, ਜੋ ਬਲੱਡ ਆ ਰਿਹਾ ਸੀ ਉਹਨੂੰ ਹਾਲਤ ਉਹਦੀ ਨਾਜ਼ੁਕ ਦੇਖ ਕੇ ਉਹਨੂੰ ਕੀਤਾ ਜੀ, ਨਾਲ ਉਹਨੇ ਪੇਰੈਂਟਸ ਅਤੇ ਸਾਡੇ ਕਰਮਚਾਰੀ ਗਏ। ਕੋਈ ਪਤਾ ਲੱਗਾ ਕੋਈ ਦੁਸ਼ਮਣੀ ਹੈ ਪੁਰਾਣੀ ਹੈ? ਨਹੀਂ ਕੁਛ ਨਹੀਂ ਕਿਹਾ।